ਮੇਰਾ ਨਾਮ ਹੈਗਾ ਵਿੱਕੀ ਅਤੇ ਮੈਂ ਪਿੰਕੀ ਬੂਟ ਹਾਊਸ ਦੀ ਦੁਕਾਨ 'ਤੇ ਹੈਗਾ ਅਤੇ ਕੱਲ੍ਹ ਇੱਕ ਲੜਕਾ ਆਪਣੇ ਬੇਟੇ ਦੇ ਨਾਲ ਸਾਡੀ ਦੁਕਾਨ 'ਤੇ ਚੱਪਲ ਲੈਣ ਆਇਆ ਸੀ ਅਤੇ ਬਸ ਉਹਨੇ ਚੱਪਲ ਲੈਣ ਦੇ ਲੜਕਾ ਸੀ ਉਹਦਾ ਛੋਟਾ ਬੇਟਾ ਹੈਗਾ ਸੀ ਅਤੇ ਨਾਲ ਆਪ ਗਏ ਸੀ ਉਹਨਾਂ ਨੇ ਇੰਨੀ ਕੁ ਡਰੰਕ ਕੀਤੀ ਹੋਈ ਸੀ ਬਸ ਉਹਨਾਂ ਨੂੰ ਡਰੰਕ ਦੇ ਵਿੱਚ ਕੁਛ ਨਹੀਂ ਪਤਾ ਲੱਗਾ ਕਿਤਰਾ ਕਿਤਰਾ ਸਾਰਿਆਂ ਨਾਲ ਬੋਲਣਾ ਉੱਥੇ ਲੇਡੀਜ਼ ਬੈਠੇ ਹੋਏ ਸੀ ਪਹਿਲੇ ਉਹਨੇ ਗਾਲਾਂ ਕੱਢੀਆਂ ਉਹਨੂੰ ਅਸੀਂ ਦੁਕਾਨ ਤੋਂ ਬਾਹਰ ਕਿਹਾ ਵੀਰੇ ਬਾਹਰ ਆ ਜਾ ਬਸ ਉਹ ਬਾਹਰ ਆ ਕੇ ਇੱਕ ਦੂਜੇ ਨੂੰ ਧੱਕੇ ਮਾਰਨ ਲੱਗ ਪਿਆ ਅਤੇ ਇੰਨੀ ਦੇਰ 'ਚ ਪੁਲਿਸ ਹੋਣੇ ਆ ਗਏ ਉਹ ਪੁਲਿਸ ਹੋਣਾ ਕਰਮਚਾਰੀਆਂ ਨੂੰ ਵੀ ਹੱਥੀ ਪੈ ਗਿਆ ਅਤੇ ਫਿਰ ਬਸ ਉਹਨਾਂ ਨੂੰ ਇੱਥੇ ਮਜੀਠਾ ਰੋਡ ਥਾਣੇ ਚੌਂਕੀ ਲੈ ਆਏ ਆ ਉਹਨੇ ਬੜਾ ਅਲਕੋਹਲ ਕੀਤਾ ਹੋਇਆ ਕਿ ਇਹਨੂੰ ਕੁਛ ਨਹੀਂ ਸਮਝਣ ਦਿਆ ਸੀ ਕੌਣ ਪੁਲਿਸ ਵਾਲਾ ਹੈਗਾ ਕੌਣ ਬੰਦਾ ਕੌਣ ਬਜ਼ੁਰਗ ਬਸ ਸਾਰਿਆਂ ਨੂੰ ਹੱਥੀ ਪਈ ਜਾਣ ਦਿਆ ਸੀ ਉਹ ਬਸ ਇੰਨੀ ਗੱਲ ਦਾ ਜਿਹੜਾ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਉਹ ਵੀਡੀਓ ਉਦੋਂ ਵਾਇਰਲ ਹੋਈ ਹੈ ਜਦੋਂ ਪੁਲਿਸ ਵਾਲੇ ਉਹਨੂੰ ਲੈ ਕੇ ਜਾਂਦੇ ਪਏ ਸੀ ਨਾ ਅਤੇ ਇਹਨੇ ਪੁਲਿਸ ਵਾਲਿਆਂ ਉੱਤੇ ਹੱਥ ਚੁੱਕਿਆ ਸੀ ਪਹਿਲਾਂ ਹੱਥ ਚੁੱਕ ਚੁੱਕਿਆ ਸੀ ਉਹ ਵੀਡੀਓ ਹੈਗੀ ਬਿਲਕੁਲ ਹਾਫ ਪਹਿਲੀ ਵੀਡੀਓ ਸੀਗੀ ਪਹਿਲੀ ਵੀਡੀਓ ਹੈ ਨਾ ਉਹ ਕਿਸੇ ਨੇ ਵੀਡੀਓ ਨਹੀਂ ਬਣਾਈ ਬਸ ਉਹਨੂੰ ਜਾਂਦੇ ਜਾਂਦੇ ਅਤੇ ਬੱਚੇ ਰੋਣ ਦੀ ਵੀਡੀਓ ਹੈਗੀ ਆ ਪਹਿਲੇ ਉਹਨੇ ਸਾਡੇ ਦੇ ਹੱਥ ਚੁੱਕਿਆ ਅੰਕਲ ਦੇ ਮੁੰਡਿਆਂ ਦੇ ਉੱਤੇ ਹੱਥ ਚੁੱਕਿਆ ਜਦੋਂ ਪੁਲਿਸ ਵਾਲਿਆਂ ਨੇ ਉਹਨੂੰ ਰੋਕਿਆ ਨਾ ਫਿਰ ਉਹਨੇ ਪੁਲਿਸ ਵਾਲਿਆਂ ਉੱਤੇ ਹੱਥ ਚੁੱਕਿਆ ਪਹਿਲੀ ਵੀਡੀਓ ਵਾਇਰਲ ਨਹੀਂ ਨਾ ਹੋਈ ਪੁਲਿਸ ਵਾਲੇ ਭਾਜੀ ਕਹਿੰਦੇ ਪਏ ਦੂਸਰੀ ਵੀਡੀਓ ਵੀ ਕਢਵਾ ਕੇ ਪਾਵਾਂਗੇ ਹੁਣ ਇਹ ਹੀ ਕਰਨਗੇ ਜੋ ਹੋਗਾ ਇਹ ਹੀ ਹੈਗਾ ਹਾਂਜੀ ਹਾਂਜੀ ਇਹ ਪੁਲਿਸ ਚੌਂਕੀ ਵਾਲਿਆਂ ਨੇ ਟੈਸਟ ਵੀ ਕਰਵਾਇਆ ਉਹਦਾ ਪ੍ਰੋਪਰ ਅਲਕੋਹਲ ਹੀ ਬਾਕੀ ਉਹਨੂੰ ਪਤਾ ਹੀ ਆ ਸਾਰਿਆਂ ਨੂੰ ਫਾਦਰ ਸਾਹਿਬ ਨੂੰ ਨਸ਼ੇ 'ਚ ਹੈਗਾ ਇਹ ਬੰਦਾ ਹਾਂਜੀ ਹਾਂਜੀ ਪ੍ਰੋਪਰ ਨਸ਼ੇ 'ਚ ਸੀ ਭਾਜੀ ਪਹਿਲੇ ਉਹਨੇ ਗਾਲ ਬੰਦਾ ਕੱਢਿਆ ਹਾਂਜੀ 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 ਗਾਲਾਂ ਕੱਢੀਆਂ ਭਾਜੀ ਉਹਨੂੰ ਦੁਕਾਨ ਤੋਂ ਬਾਹਰ ਰੱਖਿਆ ਕਿ ਗਾਲਾਂ ਨਾ ਕੱਢ ਅੰਦਰ ਲੇਡੀਜ਼ ਬੈਠੇ ਹੋਏ ਆ ਅਤੇ ਬਸ ਫਿਰ ਹਾਂਜੀ ਹਾਂਜੀ ਆਪਣੇ ਬੇਟੇ ਦੀ ਚੱਪਲ ਲੈਣ ਆਇਆ ਹੁਣ ਉਸ ਬੰਦੇ ਨੂੰ ਛੱਡ ਦਿੱਤਾ ਗਿਆ ਜਾਂ ਕੋਈ ਕਾਰਵਾਈ ਇਹ ਜੀ ਇਹ ਜੀ ਭਾਜੀ ਸਾਨੂੰ ਕੁਛ ਨਹੀਂ ਪਤਾ ਅਸੀਂ ਤਾਂ ਉਹਨੂੰ ਕੁਛ ਕਿਹਾ ਵੀ ਨਹੀਂ ਬਸ ਉਹਨੇ ਜਿਹੜੇ ਪੁਲਿਸ ਉੱਤੇ ਹੱਥ ਚੁੱਕਿਆ ਨਾ ਫਿਰ ਪੁਲਿਸ ਹੋਣੇ ਉਹਨੂੰ ਇੱਥੇ ਚੌਂਕੀ ਲੈ ਆਏ ਤੁਸੀਂ ਕੀ ਚਾਹੁੰਦੇ ਜੀ ਹੁਣ ਅਸੀਂ ਕੁਛ ਨਹੀਂ ਚਾਹੁੰਦੇ ਲੈਣ ਦੇਣ ਨਹੀਂ ਭਾਜੀ ਉਹਦੇ ਨਾਲ ਸਾਡਾ ਕੋਈ ਵੈਰ ਨਹੀਂ ਕਿਸੇ ਨਾਲ ਸਾਡਾ ਗਾਹਕ ਸੀਗਾ ਸਾਡਾ ਗਾਹਕ ਹੈ ਕੋਈ ਗੱਲ ਹੀ ਨਹੀਂ ਹੈ ਸਾਨੂੰ ਗੱਲ ਹੀ ਨਹੀਂ ਹੈ ਉਹ ਮਸਲਾ ਇਹ ਕਿ ਕੱਲ੍ਹ ਸ਼ਾਮੀ ਸਾਡਾ ਕਾਲਾਮਾਲਾ ਚੌਂਕ 'ਚ ਨਾਕਾ ਲੱਗਾ ਹੋਇਆ ਸੀ ਅਤੇ ਕਾਲਾਮਾਲਾ ਚੌਂਕ ਦੇ ਵਿੱਚ ਹੀ ਇੱਕ ਪਿੰਕੀ ਸ਼ੂ ਹਾਊਸ ਹੈਗੀ ਆ ਸ਼ੂਜ਼ ਦੀ ਦੁਕਾਨ ਉੱਥੋਂ ਇਹ ਜਿਹੜਾ ਵਿਕਾਸ ਸਿੰਘ ਹੈ ਜਿਹੜਾ ਉਹ ਨਸ਼ੇ ਵਿੱਚ ਰੱਜਿਆ ਹੋਇਆ ਸੀ ਉਹਨੇ ਬੇਟੀ ਦੇ ਨਾਲ ਆਇਆ ਸੀ ਅਤੇ ਬੇਟੀ ਨੂੰ ਚੱਪਲ ਲੈ ਕੇ ਦੇਣ ਲੱਗਾ ਸੀ ਚੱਪਲ ਲੈਣ ਤੋਂ ਹੀ ਪੈਸਿਆਂ ਤੋਂ ਉਹਦਾ ਦੁਕਾਨਦਾਰ ਨੇ 60-65 ਸਾਲ ਦੇ ਏਜ ਨੇ ਉਹਨਾਂ ਦੇ ਨਾਲ ਤਕਰਾਰ ਹੋ ਗਿਆ ਮਿਸਟਰ ਮਰਵਾਹਾ ਨਾਲ ਵਿਨੋਦ ਮਰਵਾਹਾ ਨਾਲ ਉਹਨਾਂ ਨੂੰ ਉਹਨੇ ਥੱਪੜ ਥੁੱਪੜ ਮਾਰਨ ਲੱਗ ਪਿਆ ਅਤੇ ਉਹਨੂੰ ਜਦੋਂ ਰੋਕਿਆ ਤਾਂ ਉਹ ਬਾਹਰੋਂ ਪੁਲਿਸ ਲੱਗ ਗਈ ਸੀ ਜਦੋਂ ਰੌਲਾ ਪਿਆ ਸਾਡੀ ਪੁਲਿਸ ਕਰਮਚਾਰੀ ਜਿਹੜੇ ਵੀ ਇਲਾਕੇ 'ਤੇ ਉੱਥੇ ਪੁੱਜ ਗਏ ਮੌਕੇ 'ਤੇ ਉਹ ਪੁਲਿਸ ਵਾਲਿਆਂ ਨਾਲ ਵੀ ਨਸ਼ੇ ਦੇ ਵਿੱਚ ਹੱਥੋਂ ਪਾਈ ਹੁੰਦਾ ਸੀ ਫਿਰ ਉਹਨੂੰ ਲੈ ਕੇ ਲਿਆ ਕੇ ਅਤੇ ਉਹਦਾ ਮੈਡੀਕਲ ਕਰਵਾਇਆ ਜਿੱਥੇ ਡਾਕਟਰ ਸਾਹਿਬ ਨੇ ਵੀ ਉਹਦਾ ਜ਼ਿਆਦਾ ਨਸ਼ਾ ਹੋਣ ਦਾ ਲਿਖਿਆ ਹੈ ਅਤੇ ਉਹਦੀ 128-170 BNS ਦੇ ਵਿੱਚ ਕਾਰਵਾਈ ਕਰਕੇ ਉਹ ਕੀਤੀ ਗਈ ਨਹੀਂ ਬੱਚੇ ਨੂੰ ਉਹਨਾਂ ਨੇ ਚੁੱਕਿਆ ਬੱਚਾ ਅਸੀਂ ਲਿਆ ਕੇ ਉਹਦੀ ਮਾਂ ਦੇ ਹੈਂਡਓਵਰ ਕੀਤਾ ਹਾਂ ਕੀਤੀ ਗਈ ਮੈਂ ਦੱਸ ਦਿੱਤਾ ਤੁਹਾਨੂੰ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਿਨ੍ਹਾਂ ਨੇ ਸਰ ਕੁੱਟਮਾਰ ਹੋਈ ਸੀ ਉਹ ਦੁਕਾਨ ਵਾਲਿਆਂ ਨਾਲ ਉਹਨਾਂ ਨੇ ਕੋਈ ਇੱਥੇ ਦਰਖਾਸਤ ਹਾਂਜੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਦੀ ਐਪਲੀਕੇਸ਼ਨ ਦੇ ਉੱਤੇ ਕਾਰਵਾਈ ਕੀਤੀ ਗਈ ਅੱਛਾ ਉਹਨਾਂ ਨੇ ਐਪਲੀਕੇਸ਼ਨ ਤੁਹਾਨੂੰ ਦਿੱਤੀ ਹੈ ਹਾਂਜੀ ਠੀਕ ਹੈ